दास मारी जियो बिंद सब तेरा कहो नानक सब तेरी वड्याई कोई ना ना जाने मेरा सारे बोलो सतनाम श्री वाहिगुरु फिर बोलो सतनाम श्री चौथे पातशाह गुरु रामदास महाराज जी वालों उच्चारण किया पांच शब्द पढ़ना सारी संगत ने बोलना है शब्द दे बोलने गुरमुख सेवा काल जिन काली जिन्हां ने गुरु नानक दे दर घर की सेवा घालना काली है ना उन्हां दी बाबत गुरु रामदास महाराज कहिंदे तिस घड़ी है शब्द सच्ची टकसाली दुनिया वास्ते घालना घालदे आं एक महीना नौकरी करिए पांच हजार दस हजार जेब विच पैंदा है तां परिवार का खर्चा ते गुजारा चलदा है। बाबा जरनैल सिंह जी दी विचार सुन रहे सी संत बाबा जरनैल सिंह खालसा पिंडरा वाले कहिंदे कोई बी ए कर ले एम ए कर ले चौदह साल जां पंद्रह साल पढ़ाई नूं लग जांदे ने जे कोई बंदा साध संगत पढ़ाई करे भी बाई साल का हो गया चंगी विद्या हासिल करके ते एक सरकारी नौकरी जे रब करे मिल गई जा कोई भी जॉब मिल गई उहदे नाल किन्ने लोगों का गुजारा चलता घर के चार जीआं दा पंद्रह बीस साल पच्ची तीस साल मेहनत करके चार बंदियां दी रोटी का गुजारा चलता है। ते महापुरुष कहिंदे ने जे कोई बंदा भजन कर ले दो साल एक नेम बना के भी मैं रोज ग्यारह पाठ जपजी साहब ते करने मैं दो घंटे रोज हत्थां नाल भांडियां दी सेवा करनी है कहिंदे उधर भी पच्ची साल लाए इधर कहिंदे साथ संगत लाए हुए एक एक दिन एक मिनट एक घड़ी भी सबली हो गई ना फिर जिन कौ नदर करम तिनकार नानक नदरी गुरु अमरदास महाराज ने बारह साल लाए ना ते फिर बारह वरदान मिले निमाणियां दा निताणियां दा न्योटियां दी न्यासरियां दा निपत्यां दी निगत्यां दी गुरमुख सेवा काल जिन काली इस घड़िए शब्द सच्ची टकसाली जे कोई इत्थे आ के शब्द दी टकसाल दे विच अपने मन नूं घड़ लवे ना फिर साध संगत गुरु साहिब नूं नदर करके ही बरकतां दे भंडारे ला दिंदे दुनिया दी घालना करदे आ एक दिन बिरथी चल जांदी पर गुरु दी घालना बिरथी नहीं जांदी। आओ देखो मीं वी भावें बाहर पै लिया हुण बाहर दे मीं ने धरती दे उत्ते तपश पई होई नूं ठंडक दित्ती है एक बारी शब्द का मीह साडे हिरदिआं नूं धरती ते पै जावे ते अंदर भी तपदा होया ठंडा ठार हो जावे। बोलो जरा सारे वाहिगुरु 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 Thank you.
Thank you.
शब्द सच्ची
ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਦੋਵੇਂ ਹੱਥ ਜੋੜੀਏ, ਸਾਰੇ ਰਸਨਾ ਪਵਿੱਤਰ ਕਰੋ, ਪਿਆਰ ਵਿੱਚ ਭਿੱਜ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰੋ, ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵੱਡੇ ਭਾਗਾਂ ਵਾਲੇ ਹੋ, ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਮੁੱਧ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਮੁਖ ਪਿਆਰਿਆਂ ਦੇ ਬੜੇ ਹੀ ਸੁੰਦਰ ਉਪਰਾਲਿਆਂ ਦੇ ਆਨੰਦ ਪ੍ਰਾਪਤ ਕਰ ਰਹੇ ਸੀ ਕੱਲ ਵੀ, ਸੋ ਅੱਜ ਵੀ ਆਪ ਜੀ ਨੇ ਆਨੰਦ ਪ੍ਰਾਪਤ ਕੀਤਾ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। ਇੱਕ ਗੱਲ ਚੇਤੇ ਰੱਖਿਓ, ਆਮ ਤੌਰ ਤੇ ਕਈ ਵਾਰੀ ਆਪਾਂ ਮੱਥਾ ਟੇਕਣ ਆਈਏ ਨਾ, ਉਹਦਾ ਮਹੱਤਵ ਇੱਕ ਗੁਣਾ ਹੈ, ਪਰ ਜਦੋਂ ਤੁਸੀਂ ਮੀਂਹ ਦੇ ਵਿੱਚ ਚੱਖੜ ਵਿੱਚ ਤੂਫਾਨ ਵਿੱਚ ਚੱਲ ਕੇ ਆਉਂਦੇ ਹੋ, ਇਹ ਜਿਹੜਾ ਮਹੱਤਵ ਤੁਹਾਡਾ ਇੱਕ ਇੱਕ ਕਦਮ ਦਾ ਇੱਕ ਗੁਣਾ ਨਹੀਂ ਹੁੰਦਾ, ਇਹਦਾ ਕਦਮ ਦਾ ਫਲ 10 ਗੁਣਾ ਬਣ ਜਾਂਦਾ। ਇਹ ਸੇਵਾ ਦਾ ਫਲ 10 ਗੁਣਾ ਬਣ ਜਾਂਦਾ ਜਦੋਂ ਤੁਸੀਂ ਘਾਲ ਘਾਲ ਕੇ ਆਉਂਦੇ ਹੋ। ਪੁਰਾਤਨ ਸਮੇਂ ਦੇ ਵਿੱਚ ਚੱਖੜ ਝਾਕੀ ਮੀਂਹੋਂ ਵਰਸੇ, ਭੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਜੇ ਐਸੇ ਸਮੇਂ ਆਉਂਦੇ ਸੀ ਨਾ, ਗੁਰੂ ਦੇ ਪਿਆਰੇ ਸਮੁੰਦਰ ਦੇ ਵਿੱਚੋਂ ਲੰਘ ਕੇ, ਦਰਿਆਵਾਂ ਦੇ ਵਿੱਚੋਂ ਲੰਘ ਕੇ, ਝੱਖੜ ਤੂਫਾਨਾਂ ਵਿੱਚੋਂ ਲੰਘ ਕੇ ਗੁਰੂ ਦੇ ਦਰਸ਼ਨ ਕਰਦੇ ਸੀ। ਤੇ ਸਾਧ ਸੰਗਤ ਆਪਾਂ ਇਹ ਪੜ੍ਹਦੇ ਹੀ ਰਹਿਣਾ, ਜਿਉਂ ਭਾਵ ਹੈ ਤਿਉਂ ਰਾਗ, ਜਿਹਨੂੰ ਪੰਕਤੀ ਆਉਂਦੀ ਬੋਲਿਆ ਕਰ, ਜਿਉਂ ਭਾਵ ਹੈ ਤਿਉਂ ਰਾਗ। ਸੱਚੇ ਪਾਤਸ਼ਾਹ ਜੇ ਇਹਦੇ ਵਿੱਚ ਤੁਹਾਡੀ ਖੁਸ਼ੀ ਹੈ, ਇਹ ਵੀ ਸਾਨੂੰ ਪ੍ਰਵਾਨ ਹੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਹਰ ਲਾਜ ਰਖਾਏ, ਹਮ ਬਾਲਕ ਤੂੰ ਗੁਰ ਪਿਤਾ। ਸਾਧ ਸੰਗਤ ਕੋਈ ਉੱਥੇ ਮੇਰੇ ਵਰਗਾ ਹੋਵੇ ਤੇ ਸਾਧ ਸੰਗਤ ਕਾਲੀ ਦਾੜੀ ਵਾਲਾ, ਕੋਈ ਚਿੱਟੀ ਦਾੜੀ ਵਾਲਾ, ਕੋਈ ਵੱਡੀ ਉਮਰਾਂ ਵਾਲਾ, ਸਾਰੇ ਇੱਥੇ ਆ ਕੇ ਕਹਿੰਦੇ ਨੇ ਹਮ ਬਾਲਕ, ਅਸੀਂ ਬੱਚੇ ਹਾਂ ਤੇ ਸਾਡਾ ਪਿਤਾ ਕੌਣ ਹੈ? ਤੂੰ ਗੁਰ। ਦੋਵੇਂ ਹੱਥ ਜੋੜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ। ਰਸਨਾ ਮੂੰਹ ਮਿੱਠਾ ਹੋ ਜਾਊਗਾ, ਫਿਰ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ। ਤੂੰ ਸਾਡਾ ਪਿਤਾ ਹੈ, ਤੂੰ ਸਾਡੀ ਮਾਂ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸਾਧ ਸੰਗਤ ਅਸੀਂ ਤੇ ਬੇਨਤੀ ਕਰਨੀ ਹੈ, ਮਹਾਰਾਜ ਕਿਰਪਾ ਕਰੋ ਸਾਨੂੰ ਨਾਮ ਦਾ ਦੁੱਧ ਦਿਓ, ਇਹ ਨਾਮ ਰੂਪੀ ਅੰਮ੍ਰਿਤ ਦਿਓ, ਜਿੱਦਾਂ ਤੁਹਾਨੂੰ ਭਾਉਂਦਾ ਤਿਵੇਂ ਰੱਖਣਾ। ਅੱਜ ਤੇ ਸਾਇੰਸ ਵੀ ਇਹ ਗੱਲ ਕਹਿਣ ਲੱਗ ਪਈ ਹੈ ਵੀ ਮਾਂ ਦਾ ਦੁੱਧ ਬੱਚੇ ਦੇ ਲਈ ਬਹੁਤ ਵਧੀਆ, ਤੇ ਜਿਹੜੇ ਪ੍ਰੋਟੀਨ, ਜਿਹੜੀਆਂ ਪਾਵਰਾਂ, ਜਿਹੜੀਆਂ ਸ਼ਕਤੀਆਂ ਮਾਂ ਦੇ ਦੁੱਧ ਵਿੱਚ ਹੈ ਨਾ, ਮਾਫ ਕਰਨਾ ਹੋਰ ਕਿਸੇ ਵੀ ਪ੍ਰੋਟੀਨਾਂ ਵਿੱਚ ਜਾਂ ਹੋਰ ਕਿਸੇ ਵੀ ਪਾਊਡਰਾਂ ਵਿੱਚ ਨਹੀਂ ਹੈ। ਤੇ ਸਾਧ ਸੰਗਤ ਜਿਹੜਾ ਮਾਂ ਦਾ ਦੁੱਧ ਛਕਦਾ ਪੀਂਦਾ ਆ, ਉਹਦੇ ਸਰੀਰ ਦੇ ਵਿੱਚ ਤੱਤ ਸਾਰੇ ਪੂਰੇ ਹੁੰਦੇ ਨੇ। ਚੇਤੇ ਰੱਖਿਓ, ਜੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਵੀ ਤੁਸੀਂ ਸਾਡੀ ਮਾਂ ਤੇ ਤੁਸੀਂ ਸਾਡੇ ਪਿਓ, ਇਸ ਬਾਣੀ ਦਾ ਅੰਮ੍ਰਿਤ ਚਖਿਆ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਨੇ, ਐਸਾ ਦੁੱਧ ਰੂਪ ਅੰਮ੍ਰਿਤ ਚਖਿਆ। ਸਾਧ ਸੰਗਤ ਸਿਰ ਵੱਖਰਾ ਹੈ, ਸਰੀਰ ਵੱਖਰਾ ਹੈ, ਤੇ ਸਾਧ ਸੰਗਤ ਇੱਕ ਹੱਥ ਵਿੱਚ ਖੰਡਾ ਇੱਕ ਹੱਥ ਵਿੱਚ ਸੀਸ ਹੈ, ਪਰ ਇਸ ਨਾਮ ਰੂਪੀ ਦੁੱਧ ਅੰਮ੍ਰਿਤ ਦੀ ਸ਼ਕਤੀ ਹੈ। ਫਿਰ ਵੀ ਪੜ੍ਹਦੇ ਜਾ ਰਹੇ ਨੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ। ਸਾਧ ਸੰਗਤ ਤੇ ਸੱਚਮੁੱਚ ਸ਼ਕਤੀ ਹੈ ਬਾਣੀ ਦੇ ਅੰਮ੍ਰਿਤ ਦੀ। ਪਰ ਜੇ ਕੋਈ ਸਮਝੇ ਤਾਂ ਮੇਰੇ ਵਰਗਾ ਸੁੱਤਾ ਹੁੰਦਾ, ਦਸਤਾਰ ਕਿੱਥੇ ਆਉਂਦੀ ਹੈ ਤੇ ਕੰਘਾ, ਤੇ ਸਾਸ ਨੂੰ ਪਤਾ ਹੀ ਨਹੀਂ ਲੱਗਦਾ। ਇੱਕ ਗੁਰਮੁਖ ਪਿਆਰਾ ਉਹ ਤਿੰਨ ਦਸਤਾਰਾਂ ਸਜਾ ਕੇ ਆਰਾਮ ਕਰਦਾ, ਤੇ ਕਿਸੇ ਨੇ ਪੁੱਛਿਆ, ਕਹਿੰਦੇ ਤੂੰ ਆ ਦੋ ਦੋ ਤਿੰਨ ਤਿੰਨ ਦਸਤਾਰਾਂ ਕਿਉਂ ਸਜਾਉਂਦਾ? ਉਹ ਕਹਿੰਦਾ ਕੀ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਪਨੇ 'ਚ ਦਰਸ਼ਨ ਦੇ ਦੇਣ, ਮੇਰੇ ਕੇਸ ਨੰਗੇ ਨਹੀਂ ਹੋਣੇ ਸੀ। ਸਾਧ ਸੰਗਤ ਉਹ ਸੁਪਨੇ 'ਚ ਦਰਸ਼ਨ ਦੇ ਦੇਵੇ ਤੇ ਮੇਰੇ ਕੇਸ ਨੰਗੇ ਹੋਣੇ, ਜਿਹਨੂੰ ਅੱਤਵਾਦ ਦਾ ਸਮਾਂ ਕਹਿੰਦੇ ਨੇ। 1984 ਤੇ ਸਾਡੇ ਨੌਜਵਾਨਾਂ ਨੂੰ ਲੱਭ ਲੱਭ ਕੇ ਮਾਰਦੇ, ਤੇ ਨੌਜਵਾਨ ਸਾਧ ਸੰਗਤ ਕਿੱਦਾਂ ਖੇਤਾਂ ਦੇ ਵਿੱਚ, ਕਮਾਦਾਂ ਦੇ ਵਿੱਚ ਲੁਕ ਲੁਕ ਕੇ
ਸਾਧ ਸੰਗਤ ਦਿਨ ਕੱਟਦੇ ਤੇ ਇੱਕ ਨੌਜਵਾਨ ਦੋ ਚਾਰ ਨੌਜਵਾਨ ਆਪਣੀ ਜਾਨ ਬਚਾਉਂਦੇ ਨੇ ਤੇ ਸਾਧ ਸੰਗਤ ਉਹ ਕਿਤੇ ਬੈਠੇ ਨੇ, ਫੋਰਸ ਪਿੱਛੇ ਲੱਗ ਗਈ। ਧਿਆਨ ਦਿਓ ਜਰਾ, ਕੋਈ ਵੀ ਮਾਇਆ ਲੈ ਕੇ ਸਟੇਜ ਤੇ ਨਾ ਆਵੇ, ਮੇਰੀ ਬੇਨਤੀ। ਸਾਧ ਸੰਗਤ ਫੋਰਸ ਮਗਰ ਲੱਗ ਗਈ ਤੇ ਉਹ ਇੱਕ ਨੌਜਵਾਨ ਸੁੱਤਾ ਪਿਆ, ਦੂਜੇ ਨੇ ਉਠਾਇਆ, ਕਹਿੰਦੇ ਉੱਠ ਫਟਾਫਟ, ਪਿੱਛੇ ਪੁਲਿਸ ਆ ਗਈ। ਗੌਰ ਕਰਿਓ, ਗੱਲ ਬੜੀ ਨੋਟ ਕਰਨ ਵਾਲੀ ਹੈ। ਅੱਜ ਜਿਹੜੇ ਕਹਿੰਦੇ ਨੇ ਨਾ ਸਿੱਖੀ ਲਿਬਾਸ ਦਾ ਨਾਮ ਨੀ, ਕਹਿੰਦੇ ਸਿੱਖੀ ਗਿਆਨ ਦਾ ਨਾਮ ਹੈ। ਆਖੋ ਸਤਨਾਮ, ਜੇ ਗਿਆਨ ਦਾ ਨਾਮ ਹੈ ਤੇ ਫਿਰ ਗੁਰੂ ਸਾਹਿਬ ਨੇ ਪੰਜ ਕਕਾਰ ਕਿਉਂ ਦਿੱਤੇ ਨੇ? ਇਹ ਪੰਜ ਕਕਾਰ ਦਿੱਤੇ ਹੀ ਇਸ ਕਰਕੇ ਨੇ, ਸਾਧ ਸੰਗਤ ਕੇਵਲ ਤੂੰ ਬਾਹਰ ਦੇ ਇਸ ਲਿਬਾਸ ਨੂੰ ਯੂਨੀਫਾਰਮ ਨਾ ਸਮਝੀ, ਇੱਕ ਜੀਵਨ ਹੈ, ਇੱਕ ਤੇਰੀ ਜ਼ਿੰਦਗੀ ਦਾ ਸਾਧ ਸੰਗਤ ਸਿਧਾਂਤ ਹੈ। ਇਹ ਕੜਾ ਵੀ ਤੈਨੂੰ ਇਹ ਸਿੱਖਿਆ ਦਿੰਦਾ ਵੀ ਤੂੰ ਗੁਰੂ ਦਾ ਸਿੱਖ ਹੈ, ਇਹ ਗਾਤਰਾ ਵੀ ਸਿੱਖਿਆ ਦਿੰਦਾ ਵੀ ਤੂੰ ਸਾਧ ਸੰਗਤ ਗੁਰੂ ਦਾ ਸਿੱਖ ਹੈ, ਇਹ ਵੀ ਤੈਨੂੰ ਬੋਲ ਕੇ ਦੱਸਦਾ ਵੀ ਤੂੰ ਸ਼ਿੰਗਾਰਿਆ ਹੋਇਆ, ਤੇਰਾ ਕੋਈ ਪਤੀ ਹੈ, ਕੋਈ ਕਿਸੇ ਦੀ ਪਤਨੀ ਹੈ। ਉਹ ਨੌਜਵਾਨ ਉੱਠਿਆ ਤੇ ਛੇਤੀ ਦੇਣੇ ਉਹ ਦਸਤਾਰ ਸਾਂਭਣ ਲੱਗਿਆ ਤੇ ਕੰਘਾ ਡਿੱਗ ਗਿਆ ਹੋ ਗਿਆ। ਜਦੋਂ ਕੰਘਾ ਡਿੱਗਿਆ ਨਾ ਹੁਣ ਉਹਦਾ, ਇੱਧਰੋਂ ਪੁਲਿਸ ਆ ਗਈ, ਕਹਿੰਦੇ ਭੱਜੋ ਭੱਜੋ ਭੱਜੋ, ਕੰਘਾ ਉੱਥੇ ਹੀ ਰਹਿ ਗਿਆ। ਹੁਣ ਨੋਟ ਕਰਿਓ ਗੱਲ, ਜਿਹਦਾ ਕੰਘਾ ਰਹਿ ਗਿਆ ਉੱਥੇ, ਉਹ ਨਾਲ ਦੇ ਸਾਥੀਆਂ ਨੂੰ ਕਹਿੰਦਾ ਮੇਰਾ ਕੰਘਾ ਰਹਿ ਗਿਆ। ਉਹ ਕਹਿੰਦੇ ਤੇਰੀ ਜਾਨ ਨੂੰ ਬੜਾ ਵੱਡਾ ਖਤਰਾ ਹੈ, ਦੇਖੀ ਕਿਤੇ ਕੰਘੇ ਪਿੱਛੇ ਤੇਰੀ ਜਾਨ ਨਾ ਚਲੀ ਜਾਵੇ। ਕਹਿੰਦੇ ਸਿੱਖੀ ਖਾਤਰ ਤੇ ਆਪਾਂ ਸਭ ਕੁਛ ਕਰਦੇ ਫਿਰਦੇ, ਇਹ ਸਾਰੇ ਜੋ ਉਪਰਾਲੇ ਹੋ ਰਹੇ ਨੇ, ਆ ਗੁਰਮਤ ਸਮਾਗਮ ਹੋ ਰਹੇ ਨੇ, ਆ ਟੈਂਟ ਲਗਾਏ ਜਾ ਰਹੇ, ਕਾਹਦੇ ਵਾਸਤੇ ਨੇ? ਕੋਈ ਟੁੱਟਿਆ ਹੋਇਆ ਬਾਣੀ ਨਾਲ ਜੁੜ ਜਾਵੇ ਤੇ ਜੇ ਇੱਥੇ ਆ ਕੇ ਵੀ ਸਿੱਖਿਆ ਨਾ ਮਿਲੇ, ਚੇਤੇ ਰੱਖਿਓ। ਉਹ ਨੌਜਵਾਨ ਕਹਿੰਦਾ ਮਰਨਾ ਮਨਜ਼ੂਰ ਹੈ ਪਰ ਸਿੱਖੀ ਤੋਂ ਬੇਮੁਖ ਨਹੀਂ ਹੋਣਾ, ਮੇਰੇ ਵਰਗਾ ਹੁੰਦਾ। ਕਹਿੰਦਾ ਕੰਘਾ ਕੋਈ ਗੱਲ ਨੀ, ਨਵਾਂ ਲੈ ਲਾਂਗੇ, ਉੱਥੇ ਰਹਿ ਕੇ ਰਹਿ ਗਏ। ਤੇ ਜਦੋਂ ਆਇਆ ਨਾ ਕੰਘਾ ਲੈਣ, ਪੁਲਿਸ ਨੇ ਦੇਖਿਆ ਲੱਗਦਾ ਕੱਲਾ ਹੀ ਆਇਆ, ਨੇ ਕੋਈ ਬੰਬ ਤੇ ਨੀ ਬੰਨਿਆ ਤਨ ਸਭਨਾ। ਉਹਨਾਂ ਨੂੰ ਆਪਣਾ ਡਰ ਪੈ ਗਿਆ, ਲੱਗਦਾ ਇਹਨੇ ਕੋਈ ਬੰਬ ਤੇ ਨੀ ਬੰਨਿਆ ਸਰੀਰ ਨਾਲ, ਇਹਨੇ ਕੋਈ ਸਰੀਰ ਨਾਲ ਕੋਈ ਐਸੀ ਚੀਜ਼ ਤੇ ਨੀ ਬੰਨੀ, ਇਹਨੇ ਡਰ ਹੋ ਕੇ ਆ ਗਿਆ। ਸਿੱਖਾ ਤੂੰ ਸਿੱਖੀ ਨਾਲ ਪਿਆਰ ਕਰੀ, ਤੂੰ ਬਾਣੇ ਨਾਲ ਪਿਆਰ ਕਰੀ, ਤੂੰ ਬਾਣੀ ਨਾਲ ਪਿਆਰ ਕਰੀ, ਚੇਤੇ ਰੱਖੀ ਦੁਨੀਆਂ ਦੇ ਕਿਸੇ ਕੋਨੇ ਚ ਵੀ ਚੱਲ ਜਾਂ ਵਾਜਾਂ ਵਾਲਾ ਤੇਰੀ ਪਿੱਠ ਨਹੀਂ ਲੱਗਣ ਦੇ। ਸਾਧ ਸੰਗਤ ਜਦੋਂ ਕੰਘਾ ਲੈਣ ਆਇਆ, ਉਹਨੇ ਸੋਚਿਆ ਤਾਂ ਸੀ ਵੀ ਉਹਨੂੰ ਗੋਲੀਆਂ ਮਾਰ ਕੇ ਮੈਨੂੰ ਇੱਥੇ ਖਤਮ। ਉਹ ਆਪਣਾ ਉਹਨਾਂ ਨੂੰ ਭਾਜਣਾ ਪੈ ਗਿਆ, ਉਹਨਾਂ ਨੂੰ ਆਪਣੀ ਭਾਜੜਾ ਪੈ ਗਏ ਨੇ। ਕੰਘਾ ਚੁੱਕਿਆ ਤੇ ਕਿਹਾ ਸੱਚੇ ਪਾਤਸ਼ਾਹ, ਕੰਘਾ ਸਿਰ ਤੇ ਲਾ ਕੇ ਕਿਹੜਾ ਕਹਿੰਦਾ ਹੈ ਸਾਧ ਸੰਗਤ ਸਿੱਖੀ ਲਿਬਾਸ ਦਾ ਹੀ ਨਾਮ ਹੈ, ਇਹ ਕੰਘੇ ਨਾਲ ਪਿਆਰ ਕਰੀ ਬਾਜਾਂ ਵਾਲਾ ਕਹਿੰਦਾ ਆ। ਜੇ ਕੰਘੇ ਨਾਲ ਵੀ ਪਿਆਰ ਕਰ ਲਿਆ ਤੇ ਚੇਤੇ ਰੱਖੀ, ਕੰਘਾ ਵੀ ਤੈਨੂੰ ਕਹੇਗਾ ਤੂੰ ਕਾਲਨ ਪ੍ਰਣਾਸੀ ਸਦਾ ਅੰਗ ਅਭੰਗ, ਚੇਤੇ ਰੱਖੋ ਇਹ ਗੱਲ। ਅੱਜ ਅਸੀਂ ਕਿੱਥੇ ਆਏ ਹਾਂ, ਕੀ ਸਿੱਖਣ ਆਏ ਹਾਂ? ਸ਼ਬਦ ਪੜ੍ਹ ਰਹੇ ਸੀ, ਗੁਰਮੁਖ ਸੇਵਾ ਘਾਲ ਜਿਨ ਘਾਲੀ, ਜਿਨ੍ਹਾਂ ਨੇ ਘਾਲਣਾ ਘਾਲੀ ਹੈ। ਮੇਰੇ ਵਰਗਾ ਘੰਟਾ ਕੀਰਤਨ ਸੁਣ ਕੇ ਥੱਕ ਜਾਂਦਾ, ਡੇਢ ਘੰਟਾ ਬਹਿ ਕੇ ਥੱਕ ਜਾਂਦਾ। ਸਾਧ ਸੰਗਤ ਜਿਨ੍ਹਾਂ ਨੇ ਸਾਰੀ ਸਾਰੀ ਉਮਰਾਂ ਗੁਰੂ ਦੀ ਸੇਵਾ ਵਿੱਚ ਲਾ ਦਿੱਤੀ, ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਸਿਮਰਨ ਵਿੱਚ ਲਾ ਦਿੱਤਾ। ਉਹ ਇੱਕ ਬੀਬੀ ਨੂੰ ਪੁੱਛਿਆ ਜਥੇਦਾਰ ਜੀ ਨੇ ਹਜ਼ੂਰ ਸਾਹਿਬ ਜੀ ਦੇ, ਕਹਿੰਦੇ ਮਾਤਾ ਜਦੋਂ ਪਾਠ ਕਰਦੀ ਆ ਤੇ ਨੀਂਦ ਆਉਂਦੀ ਹੋਣੀ? ਕਹਿੰਦੇ ਹਾਂਜੀ। ਕਹਿੰਦੇ ਨੀਂਦ ਆਉਂਦੀ ਫਿਰ ਕੀ ਕਰਦੀ ਆ? ਕਹਿੰਦੀ ਬਾਬਾ ਜੀ ਜਦੋਂ ਨੀਂਦ ਆਉਂਦੀ ਹੈ ਨਾ, ਮੈਂ ਟਾਕੀ ਤੇ ਪੋਥੀ ਸਾਹਿਬ ਰੱਖ ਕੇ ਫਿਰ ਸੌ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਕੋਈ ਉਪਰਾਲਾ ਨਹੀਂ ਕਰਦੀ ਵੀ ਮੈਂ ਜਾ ਕੇ ਪਾਠ ਕਰਾਂ, ਭਜਨ ਕਰਾਂ। ਕਹਿੰਦੇ ਜੀ ਨੀਂਦ ਆਉਂਦੀ ਹੁਣ ਕੀ ਕਰੀਏ? ਪਰ ਜਿਹਨਾਂ ਨੇ ਘਾਲਣਾ ਘਾਲੀ ਹੈ, ਜਿਹੜੇ ਘਾਲਣਾ ਘਾਲ ਕੇ ਇੱਥੇ ਤੱਕ ਪਹੁੰਚੇ ਨਾ, ਜਿਹਨਾਂ ਨੇ ਨੀਂਦ ਆਰਾਮ ਬਿਸਤਰਾ ਘਰ ਪਰਿਵਾਰ ਛੱਡਿਆ ਨਾ, ਫਿਰ ਇੱਥੇ ਬੈਠ ਕੇ ਇੱਕ ਮਿੰਟ ਇੱਕ ਸਕਿੰਟ ਹੈ ਕੋਈ ਆ ਜਾਣਾ, ਜਦੋਂ ਤੁਹਾਡੀ ਰਸਨਾ ਚੋਂ ਨਿਕਲਣਾ ਆਨੰਦ ਪਿਆ ਮੇਰੀ ਸਤਿਗੁਰੂ ਮੈਂ ਪਾਇਆ। ਤੇ ਸਾਧ ਸੰਗਤ ਆਓ, ਗੁਰਮੁਖ ਸੇਵਾ ਘਾਲ ਜਿਨ ਘਾਲੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਦਰਬਾਰ ਲੱਗਿਆ, ਇੱਕ ਸਿੱਖ ਆਇਆ ਹੈ ਜਿਹਦੇ ਅੰਦਰ ਪਿਆਰ ਹੈ, ਜਿਹਦੇ ਅੰਦਰ ਮੁਹੱਬਤ ਹੈ। ਸਤ ਸੰਗਤ ਕਰ ਕਰਕੇ
ਕੀਰਤਨ ਸੁਣ ਸੁਣ ਕੇ ਗੁਰਸਿੱਖਾਂ ਦੀ ਸੰਗਤ ਕਰ ਕਰਕੇ ਇਹਦੇ ਅੰਦਰ ਵੀ ਰੰਗ ਲੱਗਦਾ। ਐਵੇਂ ਰੰਗ ਨਹੀਂ ਲੱਗਦਾ ਸਾਧ ਸੰਗਤ, ਜੇ ਅੱਜ ਕੋਈ ਜੁੜਿਆ ਹੋਇਆ ਤਾਂ ਉਹਦੇ ਪਿੱਛੇ ਕੋਈ ਕਾਰਨ ਹੈ, ਜੇ ਕੋਈ ਕੀਰਤਨ ਕਰਦਾ ਉਹਦੇ ਪਿੱਛੇ ਕੋਈ ਕਾਰਨ ਹੈ। ਇਹਨੇ ਵੀ ਕਿਸੇ ਸਮੇਂ ਕੋਈ ਕਿਸੇ ਦੀ ਸੰਗਤ ਕੀਤੀ ਹੈ ਤੇ ਸਾਧ ਸੰਗਤ ਤੇ ਸਿੱਖ ਆਇਆ, ਹਜੇ ਗੁਰੂ ਵਾਲਾ ਬਣਿਆ ਨਹੀਂ ਪਰ ਗੁਰੂ ਵਾਲੇ ਬਣੇ ਹੋਇਆਂ ਦੀ ਸੰਗਤ ਕਰਕੇ ਇਹਦੇ ਅੰਦਰ ਰੰਗ ਲੱਗਿਆ। ਤੇ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਦਾ, ਕਿਹੜੀ ਬੇਨਤੀ? ਸਾਰੇ ਗੁਰੂ ਦੇ ਮੈਨੂੰ ਜਿੰਨਾ ਕੁ ਪਾਠ ਬਾਬਾ ਕਰਾਉਂਦਾ ਕਰ ਲੈਂਦੇ ਹਾਂ,
ਬਾਬਾ ਤੇ ਕਹਿੰਦਾ ਵੀ ਤੂੰ ਜਪ ਇੰਨਾ ਆਖਾਂ ਜੀਵਾਂ ਤੇਰਾ ਜੀਵਨ ਐਸਾ ਬਣ ਜਾ। ਤੇ ਜੇ ਮੈਂ ਬੋਲਾਂਗਾ ਮੇਰੇ ਵੱਲੋਂ, ਤੁਸੀਂ ਬੋਲੋਗੇ ਤੁਹਾਡੇ ਵੱਲੋਂ, ਇੱਕ ਵਾਰੀ ਸਾਰੇ ਕਹਿ ਦਿਓ ਮੈਨੂੰ ਸਤਿਗੁਰ ਆਪਣਾ ਬਣਾ ਲੈ, ਮੈਂ ਤੇਰੇ ਅੱਗੇ ਅਰਜ਼ ਕਰਾਂ। ਬੋਲੋ ਮੈਨੂੰ ਸਤਿਗੁਰ ਆਪਣਾ ਬਣਾ ਲੈ, ਮੈਂ ਤੇਰੇ ਅੱਗੇ ਅਰਜ਼ ਕਰਾਂ। ਮੈਨੂੰ ਚਲ ਸਨਾਟਾ ਛਾ ਗਿਆ। ਕਹਿੰਦੇ ਮੈਂ ਦੱਸਾਂ, ਕਹਿੰਦੇ ਦੱਸੋ ਜੀ, ਕਹਿੰਦੇ ਕੀਰਤਨ ਚ ਦੇਖ ਲਿਓ, ਕੀਰਤਨ ਵਿੱਚ ਟੈਨਸ਼ਨ ਵਾਲੇ ਚਿਹਰੇ ਲੈ ਕੇ ਬੈਠੇ ਹੁੰਦੇ, ਫਿਕਰਾਂ ਵਾਲੇ ਚਿਹਰੇ, ਜਦਕਿ ਸਾਰੇ ਸੁੱਖਾਂ ਦਾ ਦਾਤਾ ਕੌਣ ਹੈ? ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ। ਸਾਧ ਸੰਗਤ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਾਰੇ ਬੋਲੋ ਸਰਬ ਸੁਖਾਂ ਕਾ ਦਾਤਾ ਸਤਿਗੁਰ, ਉਹਦੀ ਸ਼ਰਨ ਵਿੱਚ ਆ ਕੇ ਬੈਠੇ ਹੋ। ਇੱਕ ਪੰਕਤੀ ਹੋਰ ਬੋਲੋ, ਸਤਿਗੁਰ ਆਇਓ ਸ਼ਰਨ ਮਿਲੇ ਸੁਖ, ਪਰ ਪਤਾ ਨਾ ਹੋਣ ਕਰਕੇ ਇਹ ਟੁੱਟਿਆ ਹੀ ਫਿਰਦਾ, ਬਾਣੀ ਦਾ ਗਿਆਨ ਨਾ ਹੋਣ ਕਰਕੇ ਟੁੱਟਿਆ ਹੀ ਫਿਰਦਾ। ਕਦੀ ਰੁਮਾਲਾ ਸਾਹਿਬ ਚੁੱਕ ਕੇ ਬਾਣੀ ਦਾ ਪਾਠ ਕੀਤਾ ਹੀ ਨਹੀਂ, ਪਤਾ ਤੇ ਤਾਂ ਹੋਵੇ। ਅਗਲਾ ਵੀ ਸਵਾਲ ਗਿਆਨੀ ਜੀ ਨੇ ਕਰ ਦਿੱਤਾ, ਕਹਿੰਦੇ ਕਦੀ ਖੁਸ਼ੀ ਵਾਲੇ ਚਿਹਰੇ, ਐ ਰੀੜ ਦੀ ਹੱਡੀ ਸਿੱਧੀ ਹੋਵੇ, ਅੱਖਾਂ ਚ ਨੀਂਦ ਨਾ ਹੋਵੇ, ਉਹ ਕਿੱਥੇ ਦੇਖੀਏ? ਗਿਆਨੀ ਜੀ ਵੀ ਤੁਸੀਂ ਦੱਸ ਦਿਓ। ਕਹਿੰਦੇ ਉਹ ਚਿਹਰੇ ਦੇਖਣੇ ਹੋਣ ਨਾ ਜਿੱਥੇ ਐ ਰੀੜ ਦੀ ਹੱਡੀ ਸਿੱਧੀ, ਅੱਖਾਂ ਚ ਨੀਂਦ ਕੋਈ ਨੀ, ਚਿਹਰੇ ਖੁਸ਼। ਕਹਿੰਦੇ ਦੇਖਣੇ ਹੋਣ ਤੇ ਟੀਵੀ ਮੂਹਰੇ ਦੇਖ ਲਿਓ, ਉਹ ਟੀਵੀ ਮੂਹਰੇ ਜਿਵੇਂ ਬੈਠੇ ਹੁੰਦੇ ਨਾ, ਰੀੜ ਦੀ ਹੱਡੀ ਸਿੱਧੀ ਨੀ ਕਰਨੀ ਪੈਂਦੀ। ਮੇਰੇ ਵਰਗਾ ਕੀਰਤਨ ਚ ਬੈਠਾ ਕਦੀ ਸੱਜਾ ਗੋਡਾ ਉੱਤੇ, ਕਦੀ ਖੱਬਾ ਉੱਤੇ। ਕਹਿੰਦੇ ਇੱਕ ਬਾਬਾ ਲੱਗਦਾ ਹੈ ਇੱਕ ਹੱਟਦਾ, ਦੂਜਾ ਲੱਗਦਾ ਪਤਾ ਨੀ ਮੁੰਦ ਵਾਲੇ ਨੇ ਕਿੰਨੇ ਕੁ ਬੁਲਾ ਲਏ। ਸਾਧ ਸੰਗਤ, ਪਰ ਇਹ ਖਜ਼ਾਨਾ ਗੁਰੂ ਸਾਹਿਬ ਦੀ ਬਾਣੀ ਦਾ ਕਦੀ ਪੜ੍ਹ ਕੇ ਦੇਖੋ। ਮਹਾਰਾਜ ਕਹਿੰਦੇ ਕਦੀ ਇਸ ਸ਼ਬਦ ਨੂੰ ਪੜ੍ਹ ਕੇ ਦੇਖੋ, ਬਾਣੀ ਨੂੰ ਪੜ੍ਹ ਕੇ ਦੇਖੋ। ਫਿਰੋਜ਼ਪੁਰ ਦੀ ਗੱਲ ਹੈ, ਮਮਦੋਟ ਪਿੰਡ ਪੈਂਦਾ ਆ ਇੱਕ ਪਰਿਵਾਰ, ਬੜਾ ਗੁਰਸਿੱਖ, ਬੱਚਿਆਂ ਦੇ ਚਿਹਰਿਆਂ ਤੇ ਬੜੀ ਖੁਸ਼ੀ। ਤੇ ਕਿਸੇ ਗੁਰਮੁਖ ਨੇ ਪੁੱਛਿਆ, ਕਹਿੰਦੇ ਆ ਤੁਹਾਡੇ ਚਿਹਰਿਆਂ ਤੇ ਖੁਸ਼ੀ, ਤੁਹਾਡੇ ਬੱਚੇ ਪੋਤੇ ਪੜੋਤੇ ਸਾਰੇ ਬਾਣੀ ਨਾਲ ਜੁੜੇ, ਕੋਈ ਕਾਰਨ ਦੱਸੋ, ਆਪਣੀ ਹਿਸਟਰੀ ਦੱਸੋ। ਉਹ ਕਹਿੰਦੇ ਇੱਕ ਦਿਨ ਇੱਕ ਜੇਠ ਹਾਰ ਦੇ ਮਹੀਨੇ ਚ ਫਕੀਰ ਮਿਲ ਗਿਆ। ਗੌਰ ਕਰਿਓ, ਉਹ ਫਕੀਰ ਨੂੰ ਪਾਣੀ ਪਿਆਇਆ ਤੇ ਫਕੀਰ ਨੇ ਕਿਹਾ ਦੱਸੋ ਤੁਹਾਡੀ ਕੀ ਅਰਦਾਸ ਕਰੀਏ।
ਉਹ ਕਹਿੰਦਾ ਜੀ ਸਾਡੀ ਫਸਲ ਸੜ ਜਾਂਦੀ ਹੈ, ਬੱਚੇ ਪੜ੍ਹਾਈ ਨਹੀਂ ਕਰਦੇ, ਨੌਕਰੀ ਨਹੀਂ ਮਿਲਦੀ, ਕਲੀ ਕਲੇਸ਼। ਉਹ ਵਕੀਲ ਕਹਿੰਦਾ ਇੱਕ ਕੰਮ ਕਰੋਗੇ ਜੇ ਮੈਂ ਕਵਾਂਗਾ? ਕਹਿੰਦੇ ਫਸਲਾਂ ਵੀ ਦੁੱਗਣੀਆਂ ਤਿੱਗਣੀਆਂ, ਬਰਕਤਾਂ ਦਾਣੇ ਵੀ ਵੱਧ ਹੋਣਗੇ, ਤੁਹਾਡੇ ਬੱਚੇ ਵੀ ਪੜ੍ਹਾਈ ਕਰਨਗੇ, ਤੁਹਾਨੂੰ ਨੌਕਰੀਆਂ ਵੀ ਮਿਲ ਜਾਣਗੀਆਂ, ਘਰ ਵਿੱਚ ਵੀ ਸੁੱਖ ਸ਼ਾਂਤੀ। ਇੱਕ ਕੰਮ ਕਰਨਾ। ਉਹ ਕਹਿੰਦੇ ਜੀ ਕਿਹੜਾ? ਕਹਿੰਦੇ ਸਾਰੇ ਪਰਿਵਾਰ ਨੇ ਰਲ ਕੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਇਕੱਠਿਆਂ ਕਰਿਆ ਕਰਨਾ। ਕਹਿੰਦੇ ਘਰ ਦਾ ਇੱਕ ਜੀ ਬੋਲੇ ਹਰ ਯੁਗ ਯੁਗ ਭਗਤੇ ਉਪਾਇਆ, ਤੇ ਦੂਜਾ ਕੀ ਬੋਲੇ ਬੈਜ ਰੱਖਦਾ ਆਇਆ। ਸਾਧ ਸੰਗਤ ਸਾਰੀ ਬਾਣੀਆਂ ਪੜੇ, ਬਜ਼ੁਰਗ ਬੈਠੇ ਬੱਚੇ ਬੋਲਣ, ਹਰ ਨਾਕਸ਼ ਦੁਸ਼ਟ ਹਰ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਨਾਮ ਦਿਓ ਪੜਿਆ ਤਾਂ ਰਹਿਰਾ ਸਾਹਿਬ ਦਾ ਪਾਠ। ਉਹ ਪਰਿਵਾਰ ਨੇ ਜੀ ਪਾਠ ਕਰਨਾ ਸ਼ੁਰੂ ਕਰ ਦਿੱਤਾ। ਦਿਨ ਪਲਟ ਕੇ ਬੱਚੇ ਅੱਜ ਸਾਰੇ ਸੈੱਟ ਨੇ, ਅੱਜ ਵੀ ਉਹ ਪਰਿਵਾਰ ਦੇ ਜੀ ਰਹਿਰਾ ਸਾਹਿਬ ਦਾ ਪਾਠ ਕਰਦੇ। ਅਸੀਂ ਵੀ ਜੁੜੀਏ ਕਦੀ ਬਾਣੀ ਨਾਲ। ਖੈਰ ਮੈਨੂੰ ਸਤਿਗੁਰ ਆਪਣਾ ਬਣਾ ਲੈ, ਇੱਕ ਸਿੱਖ ਬੇਨਤੀ ਕਰਦਾ। ਤੇ ਸਤਿਗੁਰ ਜੀ ਕਹਿੰਦੇ ਭਾਈ ਤੇਰਾ ਕੀ ਨਾਮ ਹੈ? ਕਹਿੰਦਾ ਜੀ ਮੇਰਾ ਨਾਮ ਹੈ ਮਹਿੰਗਾ। ਕਹਿੰਦੇ ਜੇ ਤੇਰਾ ਨਾਮ ਮਹਿੰਗਾ ਤੇ ਸਿੱਖੀ ਵੀ ਬੜੀ ਮਹਿੰਗੀ ਹੈ, ਗੱਲਾਂ ਦੇ ਨਾਲ ਨੀ ਮਹਿੰਗਾ ਬਣਿਆ ਜਾਣਾ। ਮੇਰੇ ਵਰਗਾ ਕਹਿੰਦਾ ਮੇਰਾ ਨਾਮ ਜੀ ਗੁਰਮੁਖ ਸਿੰਘ ਹੈ, ਸਾਡੇ ਵਿੱਚ ਵੀ ਬੈਠੇ ਨੇ ਗੁਰਮੁਖ ਸਿੰਘ, ਮੈਂ ਤੁਹਾਡੀ ਗੱਲ ਨਹੀਂ ਕਰਦਾ। ਹੁਣ ਕਈ ਕਹਿੰਦੇ ਮੇਰਾ ਨਾਮ ਵੀ ਗੁਰਮੁਖ ਸਿੰਘ ਹੈ ਜੀ। ਅੱਛਾ ਜੀ ਗੁਰਮੁਖ ਸਿੰਘ ਹੈ, ਸ਼ਾਮ ਨੂੰ ਦੇਖਿਆ ਸੀ ਤੁਹਾਨੂੰ ਬੜੀ ਸੋਹਣੀ ਥਾਂ ਤੇ ਖੜੇ ਸੀ। ਕਹਿੰਦੇ ਕਿਤੇ? ਕਹਿੰਦੇ ਖੜੇ ਸੀ ਸ਼ਰਾਬ ਦੇ ਠੇਕੇ ਤੇ। ਨਾਮ ਗੁਰਮੁਖ ਸਿੰਘ ਰੱਖਣ ਦਾ ਕੀ ਫਾਇਦਾ? ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਡੇ ਸਾਧ ਸੰਗਤ। ਬੇਨਤੀ ਮੈਂ ਜਿਹੜੀ ਕਰਨਾ ਚਾਹੁੰਦਾ, ਕਹਿੰਦੇ ਜੇ ਤੇਰਾ ਨਾਮ ਮਹਿੰਗਾ ਤੇ ਸਿੱਖੀ ਵੀ ਬੜੀ, ਗੱਲਾਂ ਨਾਲ ਨੀ ਮਹਿੰਗਾ ਬਣਿਆ ਜਾਣਾ। ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ, ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਬਖਸ਼ੀ ਗੁਰ ਮੇਰਿਆ ਸੇਵਾ ਤੇ ਕੋਈ ਨਾ ਆਵੇ ਤੇ ਸਾਰਾ ਲੰਗਰ ਦਰਿਆ ਦੀ ਭੇਟਾ ਕਰ ਦੇਣਾ।
साध संगत सौ सेवा करनी शुरू कर दी गुरु के प्यारे ने गल्लां वाले हैण कनेरे करनी वाले थोड़े अज करनी वालियां दी बड़ी घाट है साध संगत कहते जी है तो सब कुछ तेरा पर कब्जा मेरा गुरुद्वारे साहब बने ने बड़ी मुबारक आ देखो आ हुण गुरुद्वारा साहब बनिया आ गया ना कम आ गुरुद्वारा साहब बनिया मीह बारिश बार पै गई ते पिंड दा ही गुरुद्वारा काम आ गया ते उंज कहण वाले की कहिंदे कहिंदे बाबे ते गुरुद्वारे बड़े बनाई जांदे आ को सतनाम बाबिआं ने जी कार सेवा दे नां ते गुरुद्वारे बनाने शुरू कर दिते ते लुटदे ने पर साध संगत गुरुद्वारे दे बाहर पढ़दे आ एक इश्तिहार मैं भी पढ़िया ये कौम कदे ना हारे जे सिख सिख नो ना मारे असी एक दूजे दी जड़ा पढ़दे साध संगत आ गुरु घर महापुरश रब दे प्यारे बनाउंदे ने संगतां बनाउंदियां ने इसे कारजां वास्ते भी ये साध संगत गुरु घर विच जुड़ के आप भी जुड़िए ते होरनां नूं भी शब्द नाल बाणी नाल जोड़िए ना कि गुरु घर इस वास्ते आ भी सवेरे प्रकाश ते शामी सुकासन कर लिया मुड़ के कोई सारे पिंड दे जी दे विचों एक भी जी आके उत्थे बह के कोई पाठ नहीं सुनता कोई कीर्तन नहीं कदे वास्ते अज कौम दी इह बड़ी वड्डी त्रासदी है सुणन विच देखण विच आ रहा मार्बल बड़ा सोहना फर्नीचर बड़ा सोहना है पर साध संगत जुड़न वाला कोई विच है ही नहीं कीर्तन सुनने वाला कोई गुरुद्वारे है ही नहीं साध संगत तुहाडे नेड़े स्थान बनाया पूर्णमाशी दिन दा दवान हुंदा है पिंड उमरपुरे गुरुद्वारा बाबा जोरावर सिंह ते बाबा महापुरशां ने तां ही स्थान जाके दर्शन करो किन्ना सुंदर स्थान बनाया सो हुण भी किन्ने गुरमुख प्यारे मैं उत्थे जाके आया भाई अमरजीत सिंह जी उत्थे सारी सेवा देखदे ने मैं उत्थे दर्शन कर गया छोटा जिहा बच्चा मैं मन मन दे विच मेरे बड़ी खुशी होई देख के भी एक छोटा जिहा बच्चा इन्नी सुंदर मिठी आवाज रहरा साहब दा पाठ कर रहा है ते मन विच आया भी सच्चे पातशाह तेरा लख शुक्र है महापुरशां ने स्थान बनाए अज छोटे छोटे बच्चे भी गुरु ग्रंथ साहिब दी बाणी नाल जुड़ रहे साध संगत ऐसे उपराले करिया करो जोड़न दे खैर भाई महंगा भांडे मांजदा सेवा करदा मन भी मांजिया गया सेवा करदियां साध संगत मन दी होमे मैल हंगता दूर हो गई तू तू करता मुझ में रहा ना जब आपा परका जत देखा तक तू जिन्हों मिलता बड़े प्यार नाल ते बाणी भी कहनी जो हर का प्यारा सो सब नाका गल कहण दी नहीं है गुरु दे प्यारे संत महापुरश सारिआं दे प्यारे ओह कोई मिलदा कहिंदा मेरे नाल बड़ा प्यार करदे दूजा कहिंदा मेरे नाल बड़ा प्यार करदे साध संगत तीजा मिलदा कहिंदा मेरे नाल कितना बहुत प्यार करदे भावें महीने बाद ही मिलदे पर बड़ा प्यार करदे ते जिहड़ा गुरु दा प्यार है बाणी नाल शब्द नाल जुड़िया ओह सारिआं नूं चंगा ते सोहणा ते सतगुरु गुरु अमरदास महाराज जी वी कहिंदे ने वाहो वाहो करे सही जन सोने मुकदी गल गुरु दा प्यारा भाई महंगा आप जुड़िया जिथे भी जांदा संगतां नूं बाणी नाल शब्द नाल जोड़दे ते साध संगत सारिआं नूं इक उपदेश दिंदा समां इजाजत नहीं दिंदा बिना साजा कोई एक पंक्ति पढ़ लो सारिआं नूं साध संगत कहना आओ प्यारिओ जुड़िए यही वेला यही समा है साध संगत की उपदेश देना आ उपदेश देना बिठा के गुरु अमरदास महाराज जी का उपदेश तू सदा रहो हर नाले तू सदा रहो Jai Ho Har Nane Jai Ho Har Nane
ਮੁਰਦਿਆਂ ਵਿੱਚ ਜਾਨ ਪਾਈ ਹੈ, ਮੁਰਦਿਆਂ ਨੂੰ ਸੁਰਜੀਤ ਕੀਤਾ ਹੈ, ਮਰੇ ਹੋਇਆਂ ਨੂੰ ਨਵਾਂ ਜੀਵਨ ਦਿੱਤਾ ਹੈ। ਸਾਧ ਸੰਗਤ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਇੱਕ ਧਾਰਨਾ ਪੜ੍ਹ ਲਓ ਜਰਾ। ਸਰ ਦਾ ਮਤਲਬ ਕੀ ਹੈ? ਸਰ ਮਤਲਬ ਸਰੋਵਰ, ਸਤਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਬੋਲਾ। ਇੱਥੇ ਆ ਜਾ, ਇੱਥੇ ਬਗਲਿਆਂ ਵਾਲੀ ਬਿਰਤੀ, ਮਾੜੀ ਬਿਰਤੀ, ਮਾੜੀ ਸੋਚ ਲੈ ਕੇ ਆਏ, ਪਰ ਗੁਰੂ ਇੱਕ ਨਜ਼ਰ ਕਰਕੇ, ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਦਰੀ, ਉਹਦੀ ਨਜ਼ਰ ਹੋਣ ਲੱਗਿਆਂ ਦੇਰ ਨਹੀਂ ਹੁੰਦੀ। ਅੱਜ ਮੰਨ ਸਕਦੇ ਹੋ ਵੀ
ਜਿੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਹੋਣ, ਜਿੱਥੇ ਪੰਜ ਪਿਆਰੇ ਬੈਠੇ ਹੋਣ ਤੇ ਸਾਧ ਸੰਗਤ ਤੇ ਬਾਜਾਂ ਵਾਲੇ ਗੈਰ ਹਾਜ਼ਰ ਹੋਣਗੇ। ਬਾਬਰਾਂ ਵਾਲੀਆਂ ਅੱਖਾਂ ਨਾਲ ਦੇਖਿਓ, ਬਾਜਾਂ ਵਾਲੇ ਸਤਿਗੁਰੂ ਜੀ ਵੀ ਇੱਥੇ ਵਿੱਚ ਹੀ ਬਿਰਾਜਮਾਨ ਨੇ। ਆਓ ਜਰਾ ਮੈਂ ਸਾਖੀ ਕੰਪਲੀਟ ਕਰਾਂ। ਸਾਧ ਸੰਗਤ ਭਾਈ ਮਹਿੰਗੇ ਨੇ, ਜਦੋਂ ਅੱਜ ਤੀਸਰੀ ਆਵਾਜ਼ ਮਾਰੀ ਇਹਨਾਂ ਨੇ ਮੱਤਾ ਪਕਾ ਲਿਆ, ਕਹਿੰਦੇ ਐ ਕਰਾਂਗੇ ਪ੍ਰਸ਼ਾਦਾ ਛੱਕ ਕੇ ਫਿਰ ਇਹਨੂੰ ਇੱਥੇ ਹੀ ਖਤਮ ਕਰ ਦਿਆਂਗੇ। ਬਹੁਤਿਆਂ ਦਾ ਇਹ ਹਾਲ ਹੈ, ਜਿਸ ਥਾਲ 'ਚ ਖਾਣਾ ਉਹਦੇ ਵਿੱਚ ਹੀ ਛੇਕ ਕਰਨਾ। ਸਾਧ ਸੰਗਤ ਜਿਸ ਦਾਤੇ ਤੋਂ ਸਭ ਕੁਛ ਲਿਆ ਹੋਵੇ, ਜਿਸ ਮਹਾਂਪੁਰਸ਼ ਦੀ ਸੰਗਤ ਕਰਕੇ ਸਭ ਕੁਛ ਲਿਆ ਹੋਵੇ, ਉਹ ਫਿਰ ਵੀ ਕਹਿੰਦੇ ਬਾਬੇ ਤਾਂ ਹੁੰਦੇ ਹੀ ਨਹੀਂ, ਸੰਤ ਤਾਂ ਹੁੰਦੇ ਹੀ ਨਹੀਂ। ਜਿਸ ਦਾਤੇ ਨੇ ਤੈਨੂੰ ਇੱਥੇ ਤੱਕ ਪਹੁੰਚਾਇਆ ਕਿ ਤੈਨੂੰ ਦੁਨੀਆ ਦੇਖ ਰਹੀ ਹੈ, ਕਹਿੰਦਾ ਇਹਦੇ ਸਾਧ ਸੰਗਤ ਕੈਨੀਆਂ ਭਰ ਭਰ ਕੇ ਪਾਣੀ ਦੀਆਂ ਲੈ ਕੇ ਆ ਜਾਂਦੇ ਆ। ਤੇ ਮਹਾਰਾਜ ਕੀ ਕਹਿੰਦੇ ਨੇ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਤੇ ਮੈਂ ਬੇਨਤੀ ਕਰਾਂਗਾ ਇੱਕ ਧਾਰਨਾ ਦੁਆਰਾ, ਕਿਉਂਕਿ ਜੇ ਗੱਲ ਇਹ ਛੇੜ ਲਈ ਹੈ ਨਾ ਅੱਜ ਬੜੀ ਲੰਬੀ ਹੋ ਜਾਏਗੀ। ਆਪਣਾ ਮਨ ਅੱਜ ਦੁਖੀ ਕਿਉਂ ਹੈ, ਆਪਣਾ ਮਨ ਅੱਜ ਪਰੇਸ਼ਾਨ ਕਿਉਂ ਆ, ਇੱਕ ਧਾਰਨਾ ਦੁਆਰਾ ਮੈਂ ਇਹਦਾ ਯਤਨ ਕਰਾਂਗਾ ਵੀ ਜਵਾਬ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾ ਦੇ। ਤਾਂ ਹੋਇਆ ਏ ਬਿਹਾਲ ਮਨਾ ਮੇਰਿਆ, ਸੰਗ ਕੀਤਾ ਨਿੰਦ ਆਇਓ।
ਨਫ਼ਰਤ ਕਿਸੇ ਨੂੰ ਵੀ ਜੋੜ ਨਹੀਂ ਸਕਦੀ
ਜੇ ਜੋੜ ਸਕਦੀ ਹੈ ਤਾਂ ਕੇਵਲ ਇੱਕ ਪ੍ਰੇਮ ਜੋੜ ਸਕਦਾ। ਉਹ ਪ੍ਰੇਮ ਐਸਾ ਕੀਤਾ, ਉਹਨਾਂ ਦਾ ਮਨ ਪਲਟ ਗਿਆ। ਕਹਿੰਦੇ ਯਾਰ ਮਾਤਾ ਕਿਉਂ ਹੈ ਜਿਹੜਾ ਇੰਨਾ ਪਿਆਰ ਨਾਲ ਪ੍ਰਸ਼ਾਦਾ ਛਕਾ ਰਿਹਾ, ਜੇ ਆਪਾਂ ਇਹਨੂੰ ਮਾਰ ਦੇਵਾਂਗੇ ਅਸੀਂ ਬਖਸ਼ੇ ਨਹੀਂ ਜਾਵਾਂਗੇ। ਐ ਕਰਦੇ ਹਾਂ ਦੋ ਬੰਦੇ ਕੱਡਾ ਪੁੱਟਰ ਨੂੰ ਏਦਾਂ ਹੀ ਦੱਬ ਦਿੰਦੇ ਹਾਂ, ਗਰਦਨ ਬਾਹਰ ਹੋਏਗੀ, ਚੋਰੀ ਕਰਕੇ ਆ ਜਾਵਾਂਗੇ, ਜੇ ਕਿਸੇ ਨੇ ਕੱਢ ਲਿਆ ਕੱਢ ਲਿਆ, ਨਹੀਂ ਤੇ ਵਿੱਚ ਲੱਭਿਆ ਰਹਿ ਜਾਊਗਾ। ਕਮ ਸੇ ਕਮ ਹੱਤਿਆ ਦਾ ਤੇ ਪਾਪ ਨਹੀਂ ਲੱਗੇਗਾ, ਮਾਰਨ ਦਾ ਤੇ ਪਾਪ ਨਹੀਂ ਲੱਗੇਗਾ। ਮੁੱਖ ਦੀ ਗੱਲ ਇਸੇ ਤਰ੍ਹਾਂ ਕੀਤਾ। ਉਹ ਸਿੱਖ ਕਹਿੰਦਾ ਮੇਰਾ ਕਸੂਰ ਤੇ ਦੱਸੋ ਗੱਲ ਕੀ ਹੋਈ, ਗੱਲ ਕੀ ਹੋਈ? ਕੋਈ ਗੱਲ ਨਹੀਂ ਦੱਸੀ। ਤੇ ਸਾਧ ਸੰਗਤ ਉਹਨੂੰ ਧਰਤੀ ਦੇ ਵਿੱਚ ਦੱਬ ਦਿੱਤਾ, ਗਰਦਨ ਬਾਹਰ ਹੈ। ਉਧਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦਾ ਸਮਾਂ ਹੈ। ਤੇ ਸਾਧ ਸੰਗਤ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਜਪਦਾ ਪਿਆ, ਇੱਕ ਓੰਕਾਰ ਸਤਨਾਮ ਬੋਲੋ ਕਰਤਾ ਪੁਰਖ ਨਿਰਭਉ ਰਿਚਾਰਜ ਨਹੀਂ ਹੋਣਾ। ਇੱਥੇ ਦੁਕਾਨਾਂ ਸਾਰੀਆਂ ਬੰਦ ਹੈ, ਰਿਸ਼ਤੇਦਾਰ ਸਾਰੇ ਸੁੱਤੇ ਪਏ, ਰਿਸ਼ਤੇਦਾਰ ਸਾਰੇ ਉਹ ਜਿਹੜੇ ਫੋਨ ਘੁਮਾਉਂਦਾ ਨਾ ਮਨ, ਕਿਉਂਕਿ ਬਹੁਤਾ ਇਹ ਫੋਨ ਨੇ ਚੱਕਰ ਪਾਇਆ ਹੋਇਆ, ਬਾਰ ਬਾਰ ਫੋਨ ਮਿੰਟ ਦੇ ਵਿੱਚ ਦੇਖਦਾ ਹੈ ਕੋਈ ਅਪਡੇਟ ਆਈ, ਕੋਈ ਵਟਸਐਪ ਆਇਆ, ਕੋਈ ਮੈਸੇਜ ਆਇਆ। ਤੇ ਸਾਧ ਸੰਗਤ ਮਿੰਟ ਮਿੰਟ ਵੱਲ ਦੇਖਦਾ, ਪਤਾ ਵੀ 12:00 ਵੱਜ ਕੇ ਸਾਰੇ ਸੁੱਤੇ ਪਏ ਨੇ। ਜੇ ਕਿਸੇ ਨੂੰ ਫੋਨ ਕੀਤਾ ਅਗਲੇ ਨੇ ਗਾਲਾਂ ਕੱਢਣੀਆਂ, ਨਾ ਸੌਂਦਾ ਤੇ ਨਾ ਸੌਣ, ਮਨ ਨੂੰ ਪਤਾ ਹੁੰਦਾ। ਤੇ ਅੰਮ੍ਰਿਤ ਵੇਲੇ ਬੈਠ ਕੇ ਫਿਰ ਜੱਗ ਕੇ ਦੇਖਿਓ, ਮਿੱਠੜੇ ਪਾਣੀ ਪਾਣੀ
ਉੱਥੇ ਰਹਿ ਗਿਆ ਮਹਾਰਾਜ, ਰਾਤ ਦਾ ਗਿਆ ਤੇ ਵਾਪਸ ਨਹੀਂ ਆਇਆ, ਲੱਗੋ ਫਿਰ ਕਿੱਥੇ ਰਹਿ ਗਿਆ। ਇੰਨਾ ਪਿਆਰ ਤੇ ਸਾਡੇ ਘਰ ਦੇ ਜੀ ਸਾਡੇ ਨਾਲ ਨਹੀਂ ਕਰਦੇ ਜਿੰਨਾ ਪਿਆਰ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਕਰਦੇ, ਗੁਰੂ ਸਾਹਿਬ ਕਰਦੇ ਨੇ। ਐਵੇਂ ਤੇ ਨਹੀਂ ਕਹਿ ਦਿੱਤਾ, ਵਾਜਾਂ ਵਾਲੇ ਸਤਿਗੁਰ ਕਹਿੰਦੇ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਖ ਚਾਰ, ਚਾਰ ਮੂਏ। ਆਪਣੇ ਬੱਚਿਆਂ ਨੂੰ ਕਿਹਾ ਮੂਏ, ਤੇ ਤੁਹਾਡਿਆਂ ਨੂੰ ਕੀ ਕਿਹਾ? ਜੀਵਤ ਕਈ ਤੁਹਾਡਿਆਂ ਨੂੰ ਕਿਹਾ ਜੀਵਤ, ਆਪਣਿਆਂ ਨੂੰ ਮੂਏ ਕਹਿ ਦੂਗਾ ਕੋਈ? ਇਹ ਸਾਧ ਸੰਤ ਗੁਰੂ ਸਾਹਿਬ ਦਾ ਪਿਆਰ ਹੈ। ਜਦੋਂ ਰੱਬ ਦੇ ਆਏ ਤਾਂ ਦੇਖਿਆ ਸਿੱਖ ਸਾਧ ਸੰਗਤ ਧਰਤੀ 'ਚ ਦੱਬਿਆ ਹੋਇਆ, ਤੇ ਸਾਧ ਸੰਗਤ ਇੱਧਰ ਚਾਰੇ ਪਾਸਿਓਂ ਗੁਰੂ ਕੇ ਸਿੱਖ ਲੱਭੋ ਹੀ ਲੱਭੋ। ਇਹ ਚੋਰ ਜਿਹੜੇ ਚੋਰੀ ਕਰਨ ਗਏ, ਇਹ ਵੀ ਨਾਲ ਹੀ ਰਲ ਗਏ, ਕਹਿੰਦੇ ਸਾਨੂੰ ਤੇ ਵੀ ਬਣਨ ਆ ਗਈ। ਕਹਿੰਦੇ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਹੈ, ਚੋਰ ਨੂੰ ਪਾਲਾ ਹੁੰਦਾ, ਜਿਹਨੇ ਚੋਰੀ ਕੀਤੀ ਹੁੰਦੀ ਉਹਨੂੰ ਪਤਾ ਹੈ। ਕਹਿੰਦੇ ਕਹਿੰਦੇ ਸਾਡੇ ਮਗਰ ਤੇ ਨੀ ਲੱਗੇ, ਨਾਲ ਹੀ ਰਲ ਗਏ। ਆਖੋ ਸਤਨਾਮ ਜੀ, ਬੋਲੋ ਸਤਨਾਮ। ਮੈਨੂੰ ਪਤਾ ਵੀ ਤੁਸੀਂ ਥੱਕ ਗਏ ਹੋ, ਨੀਂਦ ਆਈ ਹੈ, ਹੁਣ ਆਰਾਮ ਦਾ ਵੇਲਾ ਤੁਹਾਡਾ, ਮੈਂ ਵੀ ਜ਼ਿਆਦਾ ਸਮਾਂ ਨਹੀਂ ਲਵਾਂਗਾ, ਕਹਿ ਕੇ ਸਮਾਪਤੀ ਕਰਾਂਗੇ। ਤੇ ਸਾਧ ਸੰਗਤ ਜਦੋਂ ਗੁਰੂ ਸਾਹਿਬ ਜੀ ਆਪ ਦੇਖਦੇ ਦੇਖਦੇ, ਕਿਉਂ ਬਿਨ ਬੋਲਿਆ ਸਭ ਕੁਛ ਮਹਾਰਾਜ ਜੀ ਸਭ ਕੁਛ ਜਾਣਦੇ ਨੇ, ਤੇ ਸਿੱਖ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਪੜ੍ਹਦਾ ਪਿਆ। ਇਹ ਭਾਵਨਾ ਦੇ ਬੋਲ ਨੇ, ਬਿਨਾਂ ਸਾਜਾਂ ਤੋਂ ਪੜ੍ਹ ਲਈਏ ਸਮਾਂ ਬਚਦਾ। ਸਾਰੀ ਸੰਗਤ ਬੋਲਿਓ ਜਰਾ, ਭਾਈ ਮਹਿੰਦਾ ਗੁਰੂ ਸਾਹਿਬ ਨੂੰ ਯਾਦ ਕਰਕੇ ਕੀ ਪੜ੍ਹਦਾ? ਪਿਆਰੇ ਨੂੰ ਮੈਂ ਕਿਹੜੇ ਢੰਗ ਮਨਾਵਾਂ, ਸਤਿਗੁਰ ਪਿਆਰੇ ਨੂੰ ਬੋਲੋ, ਪਿਆਰੇ ਨੂੰ ਕਿਹੜੇ ਢੰਗ ਮਨਾਵਾਂ, ਮੈਂ ਸਤਿਗੁਰ ਪਿਆਰੇ ਬੋਲੋ, ਪਿਆਰੇ ਨੂੰ ਮੈਂ ਕਿਹੜੇ ਢੰਗ ਮਨਾਵਾਂ, ਸਤਿਗੁਰ ਪਿਆਰੇ ਨੂੰ ਨਾ ਸੇਵਾ ਨਾ ਸਿਮਰਨ ਪੱਲੇ, 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 ਨਾ ਸੇਵਾ ਨਾ ਸਿਮਰਨ ਸਾਡਾ ਹਰ, ਨਾ ਸੇਵਾ ਸਤਿਗੁਰ ਪਿਆਰੇ ਨੂੰ
ਰਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਵਾਹੀ ਨਾ ਮੈਨੂੰ ਗੁਣ ਨਾ ਗਿਆਨ ਨਾ ਬੁੱਧ ਮੈਨੂੰ ਤੇ ਗੁਰੂ ਸਾਹਿਬ ਜੀ ਤੁਹਾਡੀ ਹਜ਼ੂਰੀ ਵਿੱਚ ਬੈਠਣ ਦਾ ਵੀ ਨਹੀਂ ਪਤਾ ਮੈਨੂੰ ਤੁਹਾਡੇ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨ ਦਾ ਵੀ ਚੌਰ ਸਾਹਿਬ ਕਰਨ ਦਾ ਵੀ ਸਭ ਕੁਛ ਪਤਾ ਹੁੰਦਿਆਂ ਵੀ ਇਹ ਗੱਲ ਕਹਿਣੀ ਚਾਹੀਦੀ ਗਿਆਨ ਧਿਆਨ ਵਿੱਚ ਜੇ ਤੇ ਲੈਣਾ ਕੁਛ ਜੇ ਪ੍ਰਾਪਤੀ ਕਰਨੀ ਹੈ ਤੇ ਜੇ ਹਉਮੈ ਦੇ ਹੰਕਾਰ ਵਿੱਚ ਤੁਰੇ ਰਹਿਣਾ ਫਿਰ ਮਾਰਾ ਕਦੇ ਤੁਰੇ ਰਹੋ ਕਿਤੇ ਮੰਜ਼ਿਲ ਤੇ ਪਹੁੰਚਿਆ ਕਿਹਦਾ ਗੁਰੂ ਅਮਰਦਾਸ ਮਹਾਰਾਜ ਜਦੋਂ ਪਹੁੰਚੇ ਨਾ ਤੇ ਦੇਖਿਆ ਸਿੱਖ ਨੂੰ ਕਹਿੰਦੇ ਕੱਢੋ ਬਾਹਰ ਗੁਰੂ ਸਾਹਿਬ ਦਾ ਕਹਿੰਦੇ ਚੋਲਾ ਬੜਾ ਸੋਹਣਾ ਸੀ ਮਹਾਰਾਜ ਨੇ ਆਪਣੇ ਚੋਲੇ ਦੀ ਪਰਵਾਹ ਨਹੀਂ ਕੀਤੀ ਸਿੱਖ ਦੀ ਗੰਦਗੀ ਨਹੀਂ ਦੇਖੀ ਬਾਹਰ ਨਹੀਂ ਸਾਧ ਸੰਗਤ ਭਾਈ ਮਹਿੰਗੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਆਪਣੇ ਆਪਣੇ ਗਲ ਨਾਲ ਲਾ ਲਿਆ ਮੇਰੇ ਸਤਿਗੁਰਾਂ ਨੇ ਤੇ ਕਿਹਾ ਮਹਿੰਗਿਆ ਸੱਚ ਸੱਚ ਦੱਸ ਤੈਨੂੰ ਇੱਥੇ ਕਿਹਨੇ ਦੱਬਿਆ ਤੇਰਾ ਇਹ ਹਾਲ ਕਿਹਨੇ ਕੀਤਾ ਉਹ ਵੀ ਉੱਥੇ ਹੀ ਖੜੇ ਸੀ ਜਿਨ੍ਹਾਂ ਨੇ ਹਾਲ ਕੀਤਾ ਸੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਸਭ ਕੁਛ ਜਾਣਦੇ ਹੀ ਦੂਜੀ ਵਾਰੀ ਮਿਲ ਗਿਆ ਮਹਾਰਾਜ ਕਹਿੰਦੇ ਸੱਚ ਦੱਸ ਕਿਹਨੇ ਕਹਿੰਦੇ ਮਹਾਰਾਜ ਜਾਣਦੇ ਹੋ ਜਦੋਂ ਤੀਜੀ ਵਾਰੀ ਫਿਰ ਮਹਾਰਾਜ ਕਹਿੰਦੇ ਪਤਾ ਤੈਨੂੰ ਵੀ ਹੈ ਤੇ ਪਤਾ ਸਾਨੂੰ ਵੀ ਹੈ ਦੱਸ ਦੇ ਕਹਿੰਦੇ ਮਹਾਰਾਜ ਜੀ ਜੇ ਦੱਸ ਦਿੱਤਾ ਫਿਰ ਕਹਿੰਦੇ ਇਹਨਾਂ ਨੂੰ ਸਜ਼ਾ ਦੇਵਾਂਗੇ ਕਹਿੰਦੇ ਮਹਾਰਾਜ ਜੇ ਸਜ਼ਾ ਦੇਣੀ ਹੈ ਨਾ ਇਹਨਾਂ ਨੂੰ ਐਸੀ ਸਜ਼ਾ ਦਿਓ ਜਿਨ੍ਹਾਂ ਨੇ ਮੇਰਾ ਇਹ ਹਾਲ ਕੀਤਾ ਹੈ ਕਹਿੰਦੇ ਐਸੀ ਸਜ਼ਾ ਦਿਓ ਜਿਵੇਂ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਇਹਨਾਂ ਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ ਬਸ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹ ਪਾਪ ਕੀਤਾ ਗੱਲ ਸੁਣ ਕੇ ਸਾਧ ਸੰਗ ਪੱਥਰ ਹਿਰਦਾ ਵੀ ਮੋਮ ਹੋ ਗਿਆ ਚਰਨਾਂ ਤੇ ਢਹਿ ਪਏ ਗੁਰੂ ਅਮਰਦਾਸ ਮਹਾਰਾਜ ਨੇ ਤੇ ਸਾਧ ਸੰਗਤ ਬਖਸ਼ ਲਿਆ ਭਾਈ ਮਹਿੰਗੇ ਦੀ ਅਰਦਾਸਾਂ ਨੇ ਬਖਸ਼ ਲਿਆ ਤੇ ਕਿਹਾ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੱਲ ਨਾਲ ਲਾਇਆ ਆਓ ਸਾਡੇ ਢਹਿਣ ਵਿੱਚ ਤੇ ਦੇਰੀ ਹੈ ਪਰ ਗੁਰੂ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ ਜਿਨ੍ਹਾਂ ਨੇ ਹਜੇ ਤੱਕ ਕੋਈ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਭਾਈ ਮਹਿੰਗੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਮੰਗ ਕੀ ਮੰਗਦਾ ਪੜੋ ਤੇ ਕੀਰਤਨ ਦੀ ਸਮਾਪਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਦਿਆਲ ਹੋਏ ਹੋ ਜੇ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਘਰ ਵਿੱਚ ਆਏ ਹੋ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰੋ ਅੱਜ ਸਮਾਪਤੀ ਦੇ ਇਸ ਦੀਵਾਨ ਵਿੱਚ ਲੱਗੇ ਰਹੀਏ ਤੇਰੇ ਚਰਨੀ ਸਾਹਿਬ ਜੀ ਲੱਗੇ ਰਹੀਏ ਤੇਰੇ ਚਰਨੀ ਸਾਹਿਬ ਜੀ ਲੱਗੇ ਰਹੀਏ
ਸੁਖਨੀ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰੋ। ਬੀਬੀਆਂ ਭੈਣਾਂ ਨੂੰ ਬੇਨਤੀ ਹੈ, ਫਿਰ ਇਹਨਾਂ ਨੂੰ ਪਤਾ ਰਹਿੰਦਾ ਜੀ ਲੋਕਾਂ ਨੂੰ ਵੀ ਇਹ ਕੌਮ ਸੁੱਤੀ ਨਹੀਂ ਹੈ, ਇਹ ਕੌਮ ਜਾਗਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਾਲ ਜੁੜੇ ਹੋਏ। ਸੋ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਬਹੁਤ ਧੰਨਵਾਦ ਹੈ। ਮੁੰਦ ਵਾਲਿਆਂ ਦਾ ਭਾਈ ਬਲਵਿੰਦਰ ਸਿੰਘ ਜੀ ਜਿਹੜੇ ਹਰ ਸਾਲ ਅੱਗੇ ਲੱਗ ਕੇ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਉਪਰਾਲਾ ਕਰਦੇ, ਭਾਵੇਂ ਬਾਹਰ ਵੀ ਮੀਂਹ ਪੈ ਗਿਆ ਕੁਛ ਕੁ, ਇੱਥੇ ਬੱਚੇ ਵੀ ਮੈਨੂੰ ਵਟਸਐਪ ਕਰੀ ਜਾਂਦੇ ਜਿਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਹੈ ਇਸ ਨਗਰ ਦੇ ਵਿੱਚ, ਤੇ ਸਾਧ ਸੰਗਤ ਉਹ ਕਹਿੰਦੇ ਕਦੋਂ ਆਉਣਾ, ਕੱਲ੍ਹ ਵੀ ਪੁੱਛਦੇ ਰਹੇ, ਤੇ ਸਾਧ ਸੰਗਤ ਅੱਜ ਵੀ ਬੜੇ ਫੋਨ ਬੜੇ ਮੈਸੇਜ ਆਏ ਵੀ ਕਿੰਨੇ ਵਜੇ ਤੁਸੀਂ ਪਹੁੰਚਣਾ, ਮੈਂ ਉਹਨਾਂ ਨੂੰ ਪੁੱਛਦਾ ਰਿਹਾ ਵੀ ਪੰਡਾਲ ਦਾ ਕਹਿੰਦੇ ਬਾਹਰ ਤੇ ਜੀ ਇਸ ਤਰ੍ਹਾਂ ਹਾਲ ਹੈ। ਮਨ ਵਿੱਚ ਆਇਆ ਵੀ ਸ਼ਾਇਦ ਸਮਾਪਤੀ ਹੋ ਗਈ ਹੋਣੀ, ਪਰ ਆਹ ਜਦੋਂ ਅੰਦਰ ਆ ਕੇ ਦੇਖਿਆ ਨਾ ਤੇ ਬੇਨਤੀ ਹੈ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਕਰੋ, ਪੰਜ ਪਿਆਰਿਆਂ ਦੀ ਜੂਰੀ 'ਚ ਕਿਸੇ ਪ੍ਰਚਾਰਕ ਨੂੰ ਮੱਥਾ ਨਹੀਂ ਟੇਕਣਾ, ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਆਖੋ ਸਤਨਾਮ। ਸੋ ਸਾਧ ਸੰਗਤ ਲਾਈਵ ਚੱਲਦਾ ਪਿਆ ਹੈ, ਸਿੱਖੀਜ਼ਮ ਟੀਵੀ ਯੂਟਿਊਬ ਦੇ ਉੱਤੇ ਚੈਨਲ ਬਣਿਆ, ਗੁਰਮੁਖ ਪਿਆਰੇ ਬਠਿੰਡੇ ਤੋਂ ਆਏ ਨੇ, ਇਹ ਵੀ ਅੱਜ ਬੁਲਾਏ ਸੀ ਕਿਉਂਕਿ ਕਈ ਗੁਰਮੁਖ ਸੱਜਣ ਕਹਿੰਦੇ ਨੇ ਜੀ ਤੁਹਾਡੇ ਦੀਵਾਨ ਨੈੱਟ 'ਤੇ ਨਹੀਂ ਹੈਗੇ ਬਹੁਤੇ। ਸੋ ਸਾਧ ਸੰਗਤ ਉਪਰਾਲਾ ਯਤਨ ਸ਼ੁਰੂ ਕੀਤਾ ਵੀ ਮਹਾਂਪੁਰਸ਼ਾਂ ਦੇ ਸਾਰੇ ਦੀਵਾਨ ਆਪਾਂ ਇੰਟਰਨੈੱਟ 'ਤੇ ਲਾਈਵ ਕਰੀਏ, ਇਹ ਖਜ਼ਾਨਾ ਜ਼ਰੂਰ ਇਕੱਠਾ ਕਰੀਏ, ਉਹਨਾਂ ਦੇ ਬਚਨ ਇਕੱਠੇ ਕਰੀਏ। ਸੋ ਬਠਿੰਡੇ ਤੋਂ ਆਏ ਸੀ ਵੀ ਤਿਆਰੀ ਕਰਕੇ, ਅਤੇ ਹੁਣ ਰਸਤੇ 'ਚੋਂ ਇਹਨਾਂ ਨੂੰ ਵੀ ਮੈਂ ਮੋੜ ਨਹੀਂ ਸੀ ਸਕਦਾ, ਅੱਧੇ ਰਸਤੇ ਤਰਨ ਤਾਰਨ ਸਾਹਿਬ ਪਹੁੰਚ ਗਏ ਸੀ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਚਲੋ ਜੇ ਪੜ੍ਹਦੇ ਹਾਂ ਤੇ ਜੇ ਅੱਜ ਮੰਨਣ ਦਾ ਦਿਨ ਆ ਗਿਆ ਤੇ ਮੰਨਣਾ ਵੀ ਚਾਹੀਦਾ, ਜੋ ਤੁਧ ਭਾਵੈ ਤੂੰ ਸਦਾ ਸਲਾਮਤ। ਸਿੱਖ ਕੌਮ ਕੇਵਲ ਕਹਿੰਦੀ ਨਹੀਂ ਮੰਨਦੇ ਵੀ, ਅਸੀਂ ਮੰਨਣ ਤੇ ਵੀ ਜ਼ੋਰ ਲਾਉਣਾ। ਤੇ ਸਾਧ ਸੰਗਤ ਮੈਂ ਜਿਹੜੀ ਗੱਲ ਕਹਿ ਰਿਹਾ ਜਦੋਂ ਅੰਦਰ ਆ ਕੇ ਦੇਖਿਆ ਨਾ ਤੇ ਮੇਰੇ ਅੰਦਰ ਇੱਕ ਸ਼ਬਦ ਵਾਰ ਵਾਰ ਚੱਲ ਰਿਹਾ ਸੀ, ਜਾਂਕੋ ਹਰ ਰੰਗ ਲਾਗੋ ਇਸ ਸੋ ਕਹੀਅਤ ਹੈ। ਆ ਸੂਰਮੇ ਨੇ ਜਿਨ੍ਹਾਂ ਨੇ ਮੀਂਹ ਦੀ ਝੱਖੜ ਦੀ ਹੋਰ ਹਨੇਰੇ ਦੀ ਪਰਵਾਹ ਨਹੀਂ ਕੀਤੀ, ਗੁਰੂ ਸਾਹਿਬ ਦੇ ਟੇਕ ਲਈ ਤੇ ਅੱਜ ਇਹ ਸਮਾਗਮ ਕਰਵਾਏ ਨੇ, ਕੋਟਾਂ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰੀ ਵਿੱਚ ਬੈਠੇ ਪੰਜ ਪਿਆਰੇ ਸਹਿਬਾਨ, ਸਮੁੱਚੇ ਖਾਲਸਾ ਪੰਥ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ, ਦੋਵੇਂ ਹੱਥ ਜੋੜੋ ਆਉਣ ਵਾਲੇ ਸਮੇਂ ਵਾਸਤੇ ਪੰਥ ਦੀ ਪਰਿਵਾਰ ਦੀ ਸਰਬੱਤ ਦੀ ਚੜ੍ਹਦੀ ਕਲਾ ਵਾਸਤੇ ਆਖੋ ਨਾਨਕ ਨਾਮ। ਸੋ ਵਿਸ਼ੇਸ਼ ਤੌਰ ਤੇ ਪੰਜ ਪਿਆਰਿਆਂ ਦੀ ਸੇਵਾ ਕਰਨ ਵਾਲੇ ਇਹ ਜਥਾ ਸਾਰਾ ਜੋ ਮਹਾਂਪੁਰਸ਼ਾਂ ਦੇ ਨਾਲ ਵੀ 22 ਸਾਲ ਤੋਂ ਜੁੜੇ ਨੇ ਤੇ ਸਾਧ ਸੰਗਤ ਸੇਵਾ ਕਰਦੇ ਨੇ, ਪੰਜ ਪਿਆਰਿਆਂ ਦੀ ਡਿਊਟੀ ਕਰਦੇ ਨੇ, ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਹਿਸਾਬ ਨਾਲ 1500 ਵਾਰ ਮੇਰੇ ਸੰਚਾਰ ਕੀ 1300 ਵਾਰ ਕੁਛ ਇਸ ਤਰ੍ਹਾਂ ਗਿਣਤੀ ਹੋ ਗਈ ਹੈ, ਜਿਹਦੇ ਵਿੱਚ ਇਕੱਲੀ ਇਕੱਲੀ ਹਾਂਜੀ 1480 ਵਾਰ ਅੰਮ੍ਰਿਤ ਸੰਚਾਰ ਦੀ ਜੋ ਸੇਵਾ ਹੋ ਚੁੱਕੀ ਹੈ ਤੇ ਸਾਧ ਸੰਗਤ ਸਾਰਿਆਂ ਦੇ ਨਾਮ ਐਡਰੈਸ ਰਜਿਸਟਰ ਵਿੱਚ ਚੜਾਏ ਨੇ ਬਕਾਇਦਾ, ਤਾਂ ਕਰਕੇ ਕਿਉਂਕਿ ਬਹੁਤ ਲੋਕ ਕਹਿੰਦੇ ਜੀ ਇੰਨਾ ਅਮਰ ਸੰਚਾਰ ਹੋਇਆ ਤੇ ਕਿੱਥੇ ਗਏ। ਮੈਂ ਹਜ਼ੂਰ ਸਾਹਿਬ ਵੀ ਆ ਮਹਾਰਾਜ ਦੀ ਜੂਰੀ 'ਚ ਬੇਨਤੀ ਕਰਦਾ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜਥੇਦਾਰ ਜੀ ਨੇ ਮੈਨੂੰ ਪੁੱਛਿਆ ਕਿ ਕਿੱਦਾਂ ਪ੍ਰਚਾਰ ਚੱਲਦਾ, ਮੈਂ ਉਹਨਾਂ ਨੂੰ ਦੱਸ ਦਿੱਤਾ, ਮੈਂ ਕਹਿ ਦੀ ਏਦਾਂ ਉਸ ਵੇਲੇ ਮੂੰਹ 'ਚੋਂ ਨਿਕਲ ਜਾਵੇ 1300 ਵਾਰ, ਕਹਿੰਦੇ ਤੇਰੀ ਉਮਰ ਤੇ ਇੰਨੀ ਲੱਗਦੀ ਨਹੀਂ ਹੈਗੀ ਵੀ ਤੂੰ 1300 ਵਾਰ ਕਰਾ ਦਿਆ ਅਮਰ ਸੰਚਾਰ। ਮੈਂ ਕਹਿ ਦੀ ਅਸੀਂ ਰਹੀਏ ਡਿਊਟੀ। ਸੋ ਪਿਤਾ ਜੀ ਦਾ ਨਾਮ ਲਿਆ ਵੀ ਉਹਨਾਂ ਨੇ ਇਸ ਤਰ੍ਹਾਂ ਪ੍ਰਚਾਰ ਦੀ ਸੇਵਾ ਤੇ ਪੰਜ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਦੀ ਸੇਵਾ ਤੇ ਬੜੀ ਉਹਨਾਂ ਨੇ ਖੁਸ਼ੀ ਪ੍ਰਸੰਨਤਾ ਵਿੱਚ ਕਹੀ। ਇਹ ਗੱਲ ਮੈਨੂੰ ਅੱਜ ਵੀ ਚੇਤੇ ਤੇ ਕਦੀ ਭੁੱਲ ਨਹੀਂ ਸਕਦੀ, ਕਹਿੰਦੇ ਮੇਰਾ ਨਾਮ ਲੈ ਕੇ ਕਹਿੰਦੇ ਚੇਤੇ ਰੱਖਿਓ ਇਹ ਗੱਲ, ਇਹ ਅੰਮ੍ਰਿਤ ਸੰਚਾਰ ਦੀ ਸੇਵਾ ਇਹ ਪ੍ਰਚਾਰ ਦੀ ਸੇਵਾ ਉਹੀ ਕਰ ਸਕਦਾ ਜਿਹਦੇ ਉੱਤੇ ਕਲਗੀਧਰ ਪਾਤਸ਼ਾਹ ਦਾ ਥਾਪੜਾ ਹੋਵੇ। ਜਹਾਜੇ ਚੜੋ ਤੇ ਜਿਹੜੇ ਗੁਰੂ ਦੇ ਪਿਆਰੇ ਸਾਧ ਸੰਗਤ
ਜਥਾ ਲੈ ਕੇ ਸੰਗਤਾਂ ਨੂੰ ਫੋਨ ਕਰ ਕਰਕੇ ਫਿਰ ਮਹਾਂਪੁਰਸ਼ਾਂ ਦੀ ਸੇਵਾਵਾਂ ਕਰਾਈਏ ਤੇ 70 ਗੁਰੂ ਘਰ ਤੇ ਸਾਧ ਸੰਗਤ 4 ਸਕੂਲ 2 ਹਸਪਤਾਲ 2 ਭਵਨਾਂ ਲਾ ਕੇ ਉਮਰਪੁਰੇ ਕਿੰਨਾ ਸੁੰਦਰ ਅਸਥਾਨ ਬਣਾਇਆ। ਹੁਣ ਵੀ ਪ੍ਰਚਾਰ ਦੀ ਸੇਵਾ ਕਰ ਰਹੇ ਪਰ ਕਦੀ ਵੀ 1 ਰੁਪਈਆ ਕੋਈ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਸਾਡੇ ਤੋਂ ਮੰਗ ਕੇ ਭੇਟਾ ਲਈ। ਪਹਾੜੇ ਵਾਲੇ ਵਿੱਚ ਬੈਠੇ ਨੇ, ਇਹਨਾਂ ਦੇ ਸਮਾਗਮ ਚੱਲਦੇ 23 ਸਾਲ ਦਾ ਸਮਾਂ ਹੋਇਆ ਤੇ ਸਾਧ ਸੰਗਤ 20 ਸਾਲ ਤੋਂ ਉੱਤੇ ਸਮਾਂ ਹੋ ਗਿਆ ਤੇ ਸਾਧ ਸੰਗਤ ਅੱਜ ਵੀ ਮਹਾਂਪੁਰਸ਼ ਇਹਨਾਂ ਨੂੰ ਕਹਿੰਦੇ ਨੇ ਜੇ ਤੁਹਾਨੂੰ ਸਮਾਗਮਾਂ ਵਿੱਚ ਕਿਸੇ ਤਰ੍ਹਾਂ ਦੀ ਲੋੜ ਹੈ ਅਸੀਂ ਹਰ ਵੇਲੇ ਹਾਜ਼ਰ ਹਾਂ, ਤਿਆਰ ਹਾਂ। ਸੋ ਉਹ ਹਰ ਵੇਲੇ ਪੰਥ ਪ੍ਰਚਾਰ ਦੀ ਸੇਵਾ ਵਿੱਚ ਲੱਗੇ, ਵਿਦੇਸ਼ਾਂ ਚ ਗਏ ਨੇ ਮਹਾਂਪੁਰਸ਼ ਸਾਧ ਸੰਗਤ। ਉਹਨਾਂ ਵੱਲੋਂ ਵੀ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਸਭ ਨੂੰ ਜੀ ਆਇਆ। ਇੱਕ ਵਾਰੀ ਫਿਰ ਦੋਵੇਂ ਹੱਥ ਜੋੜੋ ਤੇ ਗੱਜ ਕੇ ਬੋਲੋ ਨਾਨਕ ਨਾਮ ਸੱਚੀ ਤੇਰੇ ਭਾਣੇ। ਕੱਲ ਦੀ ਕੀਰਤਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਨੇ ਕੀਤੀ ਹੈ, ਜੋ ਕੱਲ ਦੀ ਪਹਿਲੇ ਦਿਨ ਦਾ ਦੀਵਾਨ ਸੀ। ਬਾਹਰ ਭੰਡਾਰ ਲੱਗਿਆ ਤੇ ਦੱਸਿਆ ਸੰਗਤਾਂ ਨੇ ਵੀ ਕੱਲ ਵੀ ਇਸੇ ਤਰੀਕੇ ਨਾਲ 11 ਤੋਂ ਉੱਤੇ ਸਮਾਂ ਹੋ ਗਿਆ, ਸੰਗਤ ਨੇ ਹਿੱਲੀ। ਬੜਾ ਪਿਆਰਾ ਕੀਰਤਨ ਸੰਗਤ ਦੱਸ ਰਹੇ ਸੀ ਮੈਨੂੰ ਵੀ ਬਾਬਾ ਜੀ ਨੇ ਕੀਤਾ ਆ ਤੇ ਗੁਰੂ ਸਾਹਿਬ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਰਾਮ ਕਲੀ ਮਹੱਲਾ ਤੀਜਾ ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ ਬੋਲਿਓ ਜਰਾ ਆਨੰਦ Oh,
ਸਾਡੇ ਮੁੰਡੇ